ਲਓ ਜੀ, ਆਪਾਂ ਘਰ ਵਿੱਚ ਬਾਜ਼ਾਰ ਵਰਗਾ ਸ਼ਾਹੀ ਭੁਜੀਆ ਕਰ ਦਿੱਤਾ ਤਿਆਰ ਹੈ। ਆਪਾਂ ਕਿਸ ਤਰ੍ਹਾਂ ਤਿਆਰ ਕੀਤਾ ਤੁਸੀਂ ਜਾ ਕੇ ਵੀਡੀਓ ਦੇ ਵਿੱਚ ਦੇਖ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ। ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਵੋਗੇ, ਰਾਜੀ ਖੁਸ਼ੀ ਹੋਵੋਗੇ। ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ, ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਭੁਜੀਆ। ਤੇ ਭੁਜੀਏ ਵਾਸਤੇ ਲਿਆ ਆਪਾਂ 1 ਕੌਲੀ ਬੇਸਣ, ਇਹ ਆਪਾਂ 2 ਕੁ ਚਿਮਚੇ ਅਰਾਰੋਟ ਦੇ ਮੈਦੇ ਦੇ ਲਏ ਆ। ਇਹ ਆਪਾਂ ਪਾਵਾਂਗੇ ਵਿੱਚ ਸੌਗੀ, ਨਾਲ ਪਾਵਾਂਗੇ ਆਪਾਂ ਵਿੱਚ ਕਾਜੂ। ਇਹ ਪੋਹਾ, ਪੋਹਾ ਵੀ ਆਪਾਂ ਤਲ ਕੇ ਪਾਵਾਂਗੇ। ਇਹ ਆ ਮੂੰਗਫਲੀ ਦੀ ਗਿਰੀ, ਨਾਲ ਕੜੀ ਪੱਤਾ ਪਾਵਾਂਗੇ। ਭੁਜੀਆ ਆਪਾਂ ਬਣਾਵਾਂਗੇ ਕਰਾਰਾ ਤੇ ਖਸਤਾ। ਆਜੋ ਆਪਾਂ ਸ਼ੁਰੂ ਕਰਦੇ ਹਾਂ। ਇਹ ਆਪਾਂ ਬੇਸਣ ਲਿਆ, ਆਪਾਂ ਬੇਸਣ ਪਾ ਲਾਂਗੇ, ਇਹਨੂੰ ਘੋਲ ਲੈਨੇ ਆ। ਆਪਾਂ ਇੱਕ ਬੈਟਰ ਤਿਆਰ ਕਰ ਲੈਨੇ ਆ। ਇਹ ਆਪਾਂ 2 ਕੁ ਚਿਮਚੇ ਲਿਆ ਵਾ ਅਰਾਰੋਟ, ਇਹ ਵੀ ਵਿੱਚ ਰਲਾ ਲਾਂਗੇ। ਇੰਨੇ ਕੁ ਆਪਾਂ ਅਜਵੈਣ ਪਾਵਾਂਗੇ ਕ੍ਰੈਸ਼ ਕਰਕੇ, ਤੇ ਸਵਾਦ ਅਨੁਸਾਰ ਲੂਣ ਪਾ ਲੈਨੇ ਆ। ਹੋਰ ਆਪਾਂ ਇਹਦੇ ਵਿੱਚ ਕੁਛ ਨਹੀਂ ਪਾ ਰਿਹਾ, ਤੁਹਾਡੀ ਮਰਜ਼ੀ, ਤੁਸੀਂ ਲਾਲ ਮਿਰਚ ਪਾ ਲਓ, ਕਾਲੀ ਮਿਰਚ ਪਾ ਲਓ, ਜਿਹੜੀ ਮਰਜ਼ੀ ਮਿਰਚ ਪਾ ਲਓ, ਪਰ ਆਪਾਂ ਮਿਰਚ ਨਹੀਂ ਪਾ ਰਹੇ, ਆਪਾਂ ਬੱਚਿਆਂ ਵਾਸਤੇ ਬਣਾ ਰਹੇ ਹਾਂ। ਤੇ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਤੇ ਇਹਦਾ ਆਪਾਂ ਇੱਕ ਘੋਲ ਬਣਾ ਲੈਨੇ ਆ। ਜਿਸ ਤਰ੍ਹਾਂ ਆਪਾਂ ਉਦਣ ਪਕੌੜੇ ਬਣਾਏ ਸੀ, ਅੱਜ ਆਪਾਂ ਬਣਾ ਰਹੇ ਹਾਂ ਭੁਜੀਆ। ਅੱਜ ਬੱਚੇ ਭੁਜੀਆ ਮੰਗਦੇ ਆ ਤੇ ਭੁਜੀਆ ਬਣਾ ਕੇ ਦੇਵਾਂਗੇ ਬੱਚਿਆਂ ਨੂੰ ਆਪਾਂ। ਇਹਨੂੰ ਅਜੇ ਆਪਾਂ ਥੋੜਾ ਜਿਹਾ ਹੋਰ ਨਰਮ ਕਰਾਂਗੇ। ਏਦਾਂ ਦਾ ਆਪਾਂ ਇੱਕ ਘੋਲ ਤਿਆਰ ਕਰ ਲੈਣਾ ਵਾ। ਇਹਨੂੰ ਆਪਾਂ ਪਾਵਾਂਗੇ ਇੱਕ ਬੋਤਲ ਦੇ ਵਿੱਚ, ਇਸ ਬੋਤਲ ਦੇ ਵਿੱਚ ਪਾ ਲਾਂਗੇ ਆਪਾਂ। ਇਹ ਵੀ ਆਪਾਂ ਪਾਵਾਂਗੇ, ਇਹਦੇ ਨਾਲ ਇਸ ਤਰ੍ਹਾਂ ਕੀਪ ਬਣਾ ਕੇ ਬਟਰ ਪੇਪਰ ਦੀ ਪੀਕ ਜੀ ਬਣਾ ਲਾਂਗੇ। ਇਹਦੇ ਨਾਲ ਇਹਨੂੰ ਆਪਾਂ ਬੋਤਲ ਦੇ ਵਿੱਚ ਪਾ ਲਾਂਗੇ, ਏਦਾਂ ਪਾ ਲਾਂਗੇ ਆਪਾਂ ਬੋਤਲ ਦੇ ਵਿੱਚ। ਇੰਡਕਸ਼ਨ ਆਪਾਂ ਓਨ ਕਰ ਲੈਨੇ ਆ ਤੇ ਪੈਨ ਰੱਖ ਲਾਂਗੇ ਇੱਕ। ਢੱਕਣ ਹੈ ਬੋਤਲ ਦਾ, ਇਹਦੇ ਵਿੱਚ ਆਪਾਂ ਇਹ ਸ਼ੇਕ ਕਰੇ ਆ। ਤੇ ਇਹ ਆਪਣਾ ਬਿਲਕੁਲ ਦੇਸੀ ਤਰੀਕਾ ਵਾ, ਤੇ ਇਹ ਆਪਾਂ ਉੱਪਰ ਦੇ ਦਾਂਗੇ ਇਹਦੇ। ਇਹਦੇ ਵਿੱਚ ਆਪਾਂ ਬੈਟਰ ਪਾ ਲਿਆ ਵਾ, ਪੈਨ ਆਪਣਾ ਗਰਮ ਹੋ ਗਿਆ ਤੇ ਆਪਾਂ ਤੇਲ ਪਾ ਲੈਨੇ ਇਹਦੇ ਵਿੱਚ। ਤੇਲ ਆਪਣਾ ਗਰਮ ਹੋ ਗਿਆ, ਇਹਦੇ ਵਿੱਚ ਆਪਾਂ ਪਾਵਾਂਗੇ ਇਹ ਬੇਸਣ ਦਾ ਭੁਜੀਆ। ਇਸ ਤਰ੍ਹਾਂ ਆਪਾਂ ਇਹ ਭੁਜੀਆ ਸਾਰਾ ਆਪਣਾ ਵੇਖੋ ਤਿਆਰ ਹੋ ਗਿਆ ਵਾ। ਇਹਨੂੰ ਥੋੜਾ ਜਿਹਾ ਆਪਾਂ ਹੋਰ ਰਾੜਦੇ ਹਾਂ, ਖਸਤਾ ਜਿਹਾ ਹੋ ਜਾਊਗਾ। ਆ ਵੇਖੋ ਇਸ ਤਰ੍ਹਾਂ ਆਪਾਂ ਭੁਜੀਆ ਬਣਾਉਣਾ, ਇਹਨੂੰ ਬਾਅਦ ਚ ਆਪਾਂ ਛੋਟਾ ਛੋਟਾ ਕਰ ਲਾਂਗੇ। ਇਸ ਤਰ੍ਹਾਂ ਲੱਛੇ ਭੁਜੀਏ ਦੇ ਬਣਨੇ ਆ ਤੇ ਬਾਅਦ ਚ ਆਪਾਂ ਛੋਟਾ ਛੋਟਾ ਕਰ ਲੈਣਾ ਵਾ। ਆਲੋ ਜੀ, ਭੁਜੀਆ ਆਪਣਾ ਬਣ ਕੇ ਤਿਆਰ ਆ ਤੇ ਹੁਣ ਆਪਾਂ ਇਹ ਗਿਰੀਆਂ ਭੁੰਨ ਲਾਂਗੇ। ਗਿਰੀਆਂ ਤਲ ਲਾਂਗੇ, ਨਾਲ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਤਲ ਕੇ ਵਿੱਚ ਮਿਲਾ ਦੇਣੀਆਂ ਭੁਜੀਆ ਬਣ ਕੇ।
ਇਹ ਪੋਹਾ ਆਪਾਂ ਇਸ ਤਰ੍ਹਾਂ ਥੋੜਾ ਥੋੜਾ ਕਰਕੇ ਆਪਾਂ ਤਲ ਲਾਂਗੇ। ਇਸ ਤਰ੍ਹਾਂ ਆਪਾਂ ਥੋੜਾ ਥੋੜਾ ਕਰਕੇ ਪੋਹਾ ਤਲ ਲਿਆ ਵਾ। ਇਹ ਜਲਦੀ ਹੋ ਜਾਂਦਾ, ਇਹਨੂੰ ਪੋਣੇ ਚ ਪਾ ਕੇ ਕਰਨਾ ਪੈਂਦਾ ਥੋੜਾ ਥੋੜਾ। ਇਹ ਆਪਾਂ ਹੁਣ ਵਿੱਚ ਕਾਜੂ ਤਲ ਲਾਂਗੇ। ਬਸ ਕਾਜੂ ਆਪਾਂ ਥੋੜੇ ਹੀ ਪਾਵਾਂਗੇ, ਇੰਨੇ ਹੀ ਪਾਵਾਂਗੇ। ਇੰਨੀ ਕੁ ਆਪਾਂ ਸ਼ੋਗੀ ਤਲ ਲਾਂਗੇ। ਹੁਣ ਸਾਰੇ ਭੁਜੀਏ ਦੀ ਜਾਨ ਜਿਹੜੀ ਹੈ ਕੜੀ ਪੱਤਾ, ਇਹ ਤਲ ਲੈਂਦੇ ਹਾਂ ਆਪਾਂ। ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਲਾਂਗੇ। ਚਲੋ ਆਪਾਂ ਸਾਰਾ ਕੁਛ ਮਿਕਸ ਕਰ ਲਿਆ ਵਾ ਤਲ ਕੇ, ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਨਮਕ। ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਇਹ ਸੇਵੀਆਂ ਜਿਹੜੀਆਂ ਆਪਾਂ ਬਣਾਈਆਂ, ਇਹ ਜਿਹੜਾ ਆਪਾਂ ਛੋਟੇ ਛੋਟੇ ਕਰਕੇ ਪਾ ਦੇਣੇ ਵਿੱਚ ਭੁਜੀਆ। ਇਹ ਭੁਜੀਆ ਤੁਸੀਂ ਬਣਾ ਕੇ ਸਟੋਰ ਵੀ ਕਰ ਸਕਦੇ ਬੱਚਿਆਂ ਵਾਸਤੇ। ਜਦੋਂ ਆਪਣੇ ਘਰ ਕੋਈ ਪ੍ਰਾਹੁਣਾ ਆਉਂਦਾ ਆਪਾਂ ਫਟਾਫਟ ਬਾਜ਼ਾਰ ਨੂੰ ਭੱਜਦੇ ਹਾਂ, ਆਪਾਂ ਤੇ ਸਟੋਰ ਕਰਕੇ ਬਣਾ ਕੇ ਰੱਖ ਲੈ। ਜਦੋਂ ਕੋਈ ਪ੍ਰਾਹੁਣਾ ਆਵੇ ਤੇ ਆਰਾਮ ਨਾਲ ਡੱਬੇ ਚੋਂ ਕੱਢੋ ਤੇ ਪ੍ਰਾਹੁਣੇ ਦੇ ਅੱਗੇ ਰੱਖੋ, ਕਿਉਂਕਿ ਬੱਚੇ ਵੀ ਜਦੋਂ ਵਰਾਉਣੇ ਹੋਣ ਤੇ ਬੱਚੇ ਵੀ ਰਮਾਨ ਨਾਲ ਕੋਲੀ ਚ ਪਾ ਕੇ ਦੋ ਬੱਚਿਆਂ ਨੂੰ ਕੱਢ ਕੇ, ਤੇ ਬੱਚੇ ਵੀ ਬਾਜ਼ਾਰ ਨਹੀਂ ਜਾਂਦੇ। ਆਪਾਂ ਤੁਹਾਨੂੰ ਪਤਾ ਜ਼ਿਆਦੀਆਂ ਚੀਜ਼ਾਂ ਘਰੇ ਹੀ ਬਣਾਉਂਦੇ, ਸਭ ਚੀਜ਼ਾਂ ਆਪਾਂ ਘਰੇ ਤਿਆਰ ਕਰਦੇ ਹਾਂ, ਆਪਾਂ ਬਾਜ਼ਾਰ ਨਹੀਂ ਜਾਂਦੇ। ਆਲੋ ਜੀ ਭੁਜੀਆ ਬਣ ਕੇ ਆਪਣਾ ਤਿਆਰ ਆ। ਦੇਖੋ ਕਿੰਨਾ ਵਧੀਆ ਬਣਿਆ, ਥੋੜੀ ਜਿਹੀ ਖੇਚਲ ਨਾਲ ਤੇ ਘਰ ਦੇ ਸਮਾਨ ਨਾਲ ਹੀ ਬਣ ਜਾਂਦਾ ਵਾ। ਤੁਸੀਂ ਇੱਕ ਵਾਰੀ ਬਣਾ ਕੇ ਰਿਕਮੈਂਡ ਕਰਿਓ ਵੀ ਇਸ ਤਰ੍ਹਾਂ ਦਾ ਬਣਿਆ ਤੁਹਾਡਾ ਭੁਜੀਆ। ਸਾਡਾ ਤੇ ਬਹੁਤ ਵਧੀਆ ਭੁਜੀਆ ਬਣਿਆ ਵਾ। ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ, ਸਬਸਕ੍ਰਾਈਬ ਵੀ ਕਰਿਓ। ਹੁਣ ਬੱਚਿਆਂ ਨੂੰ ਖੁਸ਼ ਕਰਦੇ ਹਾਂ ਭੁਜੀਆ ਖਵਾ ਕੇ, ਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਲਈ ਰੱਬ ਰਾਖਾ।